ਕੱਟ ਦੀ ਗੱਲ ਤਾਂ ਛੱਡੋ, ਬੱਲਬ ਨੇ ਚਮੱਕਾ ਵੀ ਨਹੀਂ ਮਾਰਨਾ। ਚਮੱਕਾ ਨੇਰੀ ਤਾਂ ਜਲੰਧਰ ਹੁੰਦੀ ਆ ਘਰਾਂ ਦੀ ਜੀ, ਜਿਹੜੀ 24 ਘੰਟੇ ਸਪਲਾਈ ਕਹਿੰਦੇ ਆ 24 ਘੰਟੇ, ਮੈਂ ਕਹਿੰਦਾ 4 ਘੰਟੇ ਵੀ ਬੱਤੀ ਨਹੀਂ ਆ ਰਹੀ ਜੀ। ਜਿਹੜੇ ਮੌਕੇ ਦੇ ਅਫਸਰ ਆ, ਮੌਕੇ ਦੇ ਅਫਸਰਾਂ ਨੂੰ ਅਸੀਂ ਫੋਨ ਕੀਤਾ, ਕੋਈ ਫੋਨ ਪਹਿਲੀ ਗੱਲ ਤਾਂ ਅਟੈਂਡ ਨਹੀਂ ਕਰਦੇ, ਜੇ ਕਰਦੇ ਕਹਿੰਦੇ ਅਸੀਂ ਕੀ ਕਰੀਏ। ਭਗਵੰਤ ਮਾਨ ਤਾਂ ਕਹਿੰਦਾ ਕਿ ਇਸ ਵਾਰੀ ਬੱਲਬ ਭਜਾਕਾ ਵੀ ਨਹੀਂ ਮਾਰੂਗੇ, ਬਿਜਲੀ ਕਹਿੰਦੇ ਸਾਡੇ ਤਾਂ ਜਗਿਆ ਨਹੀਂ ਭਜਾਕਾ ਦਾ, ਇੱਕ ਪਾਸੇ ਰਹਿ ਗਿਆ ਬੱਲਬ ਤਾਂ ਜਗਿਆ ਹੀ ਨਹੀਂ, ਜਾਂ ਜਗੂ ਤਾਂ ਫਿਰ ਭਜਾਕਾ ਮਾਰੂ। ਸਪਸ਼ਟ ਕਹਿ ਰਹੇ ਵੀ ਸਾਡੇ ਇੱਥੇ ਕੋਈ ਸੁੱਚ ਕੱਟਦਾ ਮਹਿਕਮੇ ਦਾ ਬੰਦਾ ਸਾਨੂੰ ਇੱਥੇ ਮਿਲ ਗਿਆ, ਜੋ ਉਹਦੇ ਨਾਲ ਇੱਥੇ ਵਾਰਦਾਤ ਹੋ ਜਾਵੇ, ਕੁਛ ਮਿਸ ਹੈਪਨਿੰਗ ਹੋ ਜਾਵੇ, ਕੋਈ ਕੁੱਟ ਕਟਾਪਾ ਹੋ ਗਿਆ ਤਾਂ ਜ਼ਿੰਮੇਵਾਰ ਅਗਲਾ ਐਸ ਜੀ ਦਾ ਖੁਦ ਹੋਊਗਾ। ਇਸ ਵਾਰ ਗਰਮੀਆਂ 'ਚ ਕੱਟ ਦੀ ਗੱਲ ਤਾਂ ਛੱਡੋ, ਬਲਬ ਨੇ ਚਮੱਕਾ ਵੀ ਨਹੀਂ ਮਾਰਨਾ। ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ, ਪਰ ਮਾਨ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਇਹ ਲੋਕ ਸਾਰੀ ਸਾਰੀ ਰਾਤ ਬਿਜਲੀ ਨਾ ਆਉਣ ਤੇ ਪਰੇਸ਼ਾਨ ਨੇ। ਤਸਵੀਰਾਂ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਫਲਾਹੀ ਦੀਆਂ ਨੇ, ਜਿੱਥੇ 3 ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 24 ਘੰਟਿਆਂ ਚੋਂ ਮਹਿਜ਼ 4 ਘੰਟੇ ਹੀ ਉਹਨਾਂ ਨੂੰ ਬਿਜਲੀ ਮਿਲਦੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਜਿਉਣੀ ਦੁੱਭਰ ਹੋਈ ਪਈ ਹੈ। ਸਾਡੇ ਜੀ ਬਹੁਤ ਤੰਗੀ ਆ ਜੀ, ਬਿਜਲੀ ਆਉਂਦੇ ਨੇ ਜੀ, ਇਹ ਕੋਈ ਮਸਲਾ ਤਾਂ ਹੈਗਾ ਸਾਡੇ। ਸਾਲ ਡੇਢ ਸਾਲ ਤੋਂ ਅਸੀਂ ਅਫਸਰਾਂ ਨੂੰ ਵੀ ਮਿਲੇ ਆ, ਉੱਥੇ ਦਫ਼ਤਰ ਵੀ ਜਾ ਕੇ ਮਿਲੇ ਹਾਂ। ਪਹਿਲਾਂ ਵੀ ਇੱਥੇ ਇੱਕ ਵਾਰੀ ਅਫਸਰ ਸਾਹਿਬ ਆਏ ਸੀਗੇ, SDO ਉਦੋਂ ਹੋਰ ਸੀਗੇ, ਤਾਂ ਜਿਹੜੇ ਹੁਣ ਆ ਹੁਣ ਵਾਲਿਆਂ ਨੂੰ ਅਸੀਂ 2-3 ਨੂੰ ਫੋਨ ਕੀਤਾ, ਕੋਈ ਕਿਸੇ ਨੇ ਸਾਡੀ ਇੱਥੇ ਸੁਣਵਾਈ ਨਹੀਂ ਕਰਦਾ। ਸਾਰੀ ਸਾਰੀ ਰਾਤ ਬੱਤੀ ਨਹੀਂ ਆਉਂਦੀ, ਕੱਲ੍ਹ ਪਹਿਲਾਂ ਦਿਨੇ ਨਹੀਂ ਆਈ, ਫਿਰ ਸਾਰੀ ਸ਼ਾਮ ਤੋਂ ਗਈ ਆ। ਹਜੇ ਜਿੱਦਾਂ ਕਹਿੰਦੇ ਆ ਹਨਾ ਵੀ ਹਨੇਰੀ ਤਾਂ ਜਲੰਧਰ ਹੁੰਦੀ ਆ ਘਰਾਂ ਦੀ ਜੀ, ਜਿਹੜੀ 24 ਘੰਟੇ ਸਪਲਾਈ ਕਹਿੰਦੇ ਆ 24 ਘੰਟੇ 'ਚ, ਮੈਂ ਕਹਿੰਦਾ 4 ਘੰਟੇ ਵੀ ਬੱਤੀ ਨਹੀਂ ਆ ਰਹੀ ਜੀ। ਕਿੰਨੇ ਪਿੰਡ ਪ੍ਰਭਾਵਿਤ ਨੇ? ਸਾਡੇ ਪਿੰਡ ਇਹ ਪਿੰਡ ਫਲਾਈ, ਮਹਿਮੂਵਾਲ, ਮਹਿਮੂਵਾਲ ਦਾ ਉਰਲਾ ਪਾਸਾ ਜਿਹੜਾ ਗੁੱਜਰਾਂ ਦੇ ਡੇਰੇ, ਸਲੈਂਪਰ ਅਤੇ ਬੜਿਆਲ, ਇੱਕ ਸਾਡਾ ਸੈਂਟਰ ਦਾ ਸਕੂਲ ਆ ਨਵੋਦਿਆ ਜੀ, ਉੱਥੇ ਘੱਟੋ ਘੱਟ ਮੇਰੇ ਹਿਸਾਬ ਨਾਲ 1000 ਬੱਚਾ ਦਾ ਹੋਊਗਾ ਜੀ, 1000 ਤੋਂ ਜ਼ਿਆਦਾ ਹੀ, ਹਾਂ ਪੂਰੇ ਜ਼ਿਲ੍ਹੇ ਦਾ ਬੱਚਾ ਉਹ ਜੀ। ਇਸ ਵੇਲੇ ਉਹ ਵੀ ਬੱਚੇ ਬਹੁਤ ਤੰਗ ਆ, ਪਾਣੀ ਤੋਂ ਤੰਗ, ਕੀ ਪੱਖਾ ਤਾਂ ਉੱਥੇ ਕੋਈ ਚੱਲਣਾ ਹੀ ਨਹੀਂ ਜੀ, ਜਾਂ ਬੱਤੀ ਨਹੀਂ ਆਉਂਦੀ ਜੀ। ਸਾਨੂੰ ਇਹ ਕਹਿੰਦੇ ਆ 24 ਘੰਟੇ ਦੀ ਸਪਲਾਈ, 4 ਘੰਟੇ ਦੀ ਸਪਲਾਈ ਵੀ ਨਹੀਂ ਜੀ। ਕੀ ਲੱਗਦਾ ਭਗਵੰਤ ਮਾਨ ਦਾ ਕਹਿੰਦਾ ਕਿ ਬਿਜਲੀ ਆਪਾਂ ਫ੍ਰੀ ਕਰਤੀ, ਬੱਲਬ ਭਜਾਕਾ ਵੀ ਨਹੀਂ ਮਰੂਗਾ? ਮੈਂ ਤਾਂ ਭਾਜੀ ਇਹ ਕਹਿੰਦਾ, ਸਾਡੇ ਆ ਬੀਬੀਆਂ ਨਰੇਗਾ ਵਾਲੀਆਂ ਕੰਮ ਕਰਦੀਆਂ, ਇਹ ਪੁੱਛ ਲਾ ਸਾਰੀ ਦਿਹਾੜੀ ਕੰਮ ਕਰਦੀਆਂ, ਨਾਲ ਪੁੱਛ ਲਾ ਵੀ ਬੱਤੀ ਇਹਨਾਂ ਕੋਲ ਆਉਂਦੀ ਆ? ਜੇ ਮੈਂ ਕਹਾਂ ਵੀ ਮੈਂ ਝੂਠ ਬੋਲਦਾ ਹਾਂ, ਤੁਸੀਂ ਕਹੋਗੇ ਆ ਬੀਬੀਆਂ, ਆ ਬੀਬੀਆਂ ਨਰੇਗਾ ਵਾਲਿਆਂ ਨੂੰ ਤੁਸੀਂ ਪਤਾ ਕਰ ਸਕਦੇ ਆ ਵੀ ਇਹ ਬੀਬੀਆਂ ਝੂਠ ਬੋਲੂਗੀਆਂ। ਸਾਰੀ ਦਿਹਾੜੀ ਕੰਮ ਕਰਦੀਆਂ, ਰਾਤ ਨੂੰ ਜਾ 6 ਵਜੇ ਜਾਂਦੇ, 6 ਵਜੇ ਬੱਤੀ ਕੱਢ ਲੈਂਦੀ ਆ। ਕੋਈ ਇੱਥੇ ਹੈ ਨਹੀਂ ਕੋਈ ਸਪਲਾਈ, ਇਹ ਕਹਿੰਦੇ ਅਸੀਂ ਜੀ ਸਪਲਾਈ ਕਰਾਂਗੇ, ਕੋਈ ਸਪਲਾਈ ਦਾ ਹੈ ਨਹੀਂ। ਜਿਹੜੇ ਮੌਕੇ ਦੇ ਅਫਸਰ ਆ, ਮੌਕੇ ਦੇ ਅਫਸਰਾਂ ਨੂੰ ਅਸੀਂ ਫੋਨ ਕੀਤਾ, ਕੋਈ ਫੋਨ ਪਹਿਲੀ ਗੱਲ ਤਾਂ ਅਟੈਂਡ ਨਹੀਂ ਕਰਦੇ, ਜੇ ਕਰਦੇ ਕਹਿੰਦੇ ਅਸੀਂ ਕੀ ਕਰੀਏ? ਪਿਛਲੇ ਕਿੰਨੇ ਸਮੇਂ ਤੋਂ ਦਿੱਕਤ ਆ ਜੀ? ਇਹ ਘੱਟੋ ਘੱਟ ਸਾਨੂੰ ਇਹ 1.5 ਸਾਲ ਹੋ ਗਿਆ ਜੀ, ਹੁਣ ਤਾਂ ਮਹੀਨਾ ਹੋ ਗਿਆ, ਰੋਜ਼ ਰਾਤ ਨੂੰ ਕੱਢ ਲੈਂਦੇ, ਦਿਨ ਨੂੰ ਕੱਢ ਲਿਆ, ਕੱਲ੍ਹ ਵੀ ਪਹਿਲਾਂ ਸਾਰੀ ਦਿਹਾੜੀ ਨਹੀਂ ਬੱਤੀ ਗਈ। ਤਕਨੀਕੀ ਖਰਾਬੀ ਰਹਿੰਦੀ ਹੈ ਜਾਂ ਕੋਈ ਵੈਸੇ? ਕੋਈ ਨਹੀਂ ਜੀ, ਮੌਕੇ ਤੇ ਕੋਈ ਵੀ ਫਾਲਟ ਹੈ ਨਹੀਂ ਜੀ। ਸੋਚੇ ਇੱਥੇ ਪਿੱਛੇ ਸਾਡੇ ਜੇਈ ਰੇਸ਼ਮ ਆ, ਉਹ ਕੱਢ ਜਾਂਦਾ, ਮੋਹਰੇ ਸਾਡੇ ਜੇਈ ਹੈਗਾ ਸਤਰਾਮ ਸਿੰਘ, ਇੱਕ ਲੈਣ ਤੇ ਨਹੀਂ 2-2 ਜੇਈ ਪਾਇਓ, ਅਸੀਂ ਫੜੀਏ ਕਿਹਨੂੰ ਜੀ? ਉਹ ਕਹਿੰਦਾ ਮੇਰਾ ਇੱਥੇ ਤੱਕ ਇਲਾਕਾ ਖਤਮ ਹੋ ਗਿਆ। ਮੋਹਰੇ ਜਿਹੜਾ ਜੇਈ ਆ, ਉਹ ਤਾਂ ਹੁਣ ਪੰਜਾਬੀ 'ਚ ਅਸੀਂ ਤੁਹਾਨੂੰ ਕਹਿ ਵੀ ਨਹੀਂ ਸਕਦੇ, ਉਹ ਇੱਦਾਂ ਦਾ ਢੀਠ ਬੰਦਾ ਆ ਜੀ, ਕਿਸੇ ਦੀ ਗੱਲ ਸੁਣਦਾ ਹੀ ਨਹੀਂ। ਉਹ ਕਹਿੰਦਾ ਜੋ ਮਰਜ਼ੀ ਕਰ ਲਓ, ਮੈਂ ਨਹੀਂ ਕਰ ਸਕਦਾ ਕੁਛ ਵੀ। ਕਿਆ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਰਜੀਤ ਲਾਲ ਆ ਜੀ। ਅਤੇ ਕਿੱਥੋਂ ਦੇ ਸਰਪੰਚ? ਮੈਂ ਸਰਪੰਚ ਫਲਾਹੀ ਤੋਂ ਜੀ। ਠੀਕ ਆ ਜੀ ਸਰਪੰਚ ਸਾਹਿਬ, ਬਿਜਲੀ ਨੂੰ ਲੈ ਕੇ ਬੜੀ ਦਿੱਕਤ ਪੇਸ਼ ਆ ਰਹੀ ਹੈ, ਕਹਿੰਦੇ ਕੋਈ ਫਾਲਟ ਪਾ ਨਹੀਂ ਹੁੰਦਾ ਤਾਂ ਵੀ ਜੇਈ ਵੱਲੋਂ ਆਪਾਂ ਮੈਂ ਰਾਜੀ ਦੇ ਨਾਲ ਕੱਟ ਕੇ। ਸਰ ਜੀ ਮੈਂ ਤੁਹਾਨੂੰ ਦੱਸਾਂ ਵੀ ਅਸੀਂ ਕੁਛ ਕਹਿ ਵੀ ਨਹੀਂ ਸਕਦੇ, ਇੰਨੇ ਕੁ ਪਰੇਸ਼ਾਨ ਹੋਏ ਹਾਂ ਇੱਥੋਂ। ਇੱਕ ਦਿਨ ਦਾ ਕੰਮ ਨਹੀਂ ਇਹ, ਦੂਜੇ ਚੌਥੇ ਦੂਜੇ ਤੀਜੇ ਸਾਡੇ, ਮਤਲਬ ਇਹ ਲਾਈਨ ਜਿਹੜੀ ਨਾ ਇੱਥੋਂ, ਇਹ ਤੋਂ ਪਿੱਛੇ ਜਿਹੜਾ ਜੇਈ ਦੂਸਰਾ ਆ, ਅੱਗੇ ਜੇਈ ਦੂਸਰਾ ਆ। ਜਦੋਂ ਅਸੀਂ ਇਹ ਜੇਈ ਨਾਲ ਗੱਲ ਕਰਦੇ ਹਾਂ, ਕਹਿੰਦਾ ਅਸੀਂ ਆਪਣਾ ਕੰਮ ਕਰਤਾ, ਅਗਲੇ ਵਾਰ ਜੇਈ ਨਾਲ ਉਹਨਾਂ ਗੱਲ ਕਰੋ। ਕਿਉਂ ਵਿਤਕਰਾ ਕਰਦੇ ਆ ਕਿ ਕਹਿੰਦੇ ਕੋਈ ਫਾਲਟ ਵੀ ਨਹੀਂ ਹੁੰਦਾ ਅਤੇ ਤਾਂ ਵੀ ਬਿਜਲੀ ਕੱਟਦੇ? ਸਰ ਨਹੀਂ ਪਤਾ, ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ, ਮਹਿਕਮੇ ਨੂੰ ਪਤਾ ਹੋਊਗਾ ਕਿਉਂ ਇਹ ਖਰਾਬ ਕਰ ਰਹੇ, ਪਬਲਿਕ ਨੂੰ ਕਿਉਂ ਖਰਾਬ ਕਰਦੇ ਆ। ਕਿਹੜੇ ਅਫਸਰ ਨੇ ਗੱਲ ਹੋਈ ਉੱਪਰ ਕਿਤੇ? ਦੇਖੋ ਸਰ, ਮੈਂ ਹੁਣ SC ਨਾਲ, SC ਸਾਹਿਬ ਨਾਲ ਵੀ ਗੱਲ ਕੀਤੀ ਹੁਣੇ ਕਰਕੇ ਥੋੜ੍ਹੀ ਦੇਰ ਪਹਿਲਾਂ, ਤਾਂ ਮਤਲਬ SDO ਸਾਹਿਬ ਨਾਲ ਵੀ ਗੱਲ ਹੋਈ ਹੈ, ਰਾਤੀ ਵੀ 11-12 ਵਜੇ ਤੱਕ ਰਾਤੀ ਖੋਜਲਦੇ ਰਹੇ ਆ, ਸਾਡੀ ਕੋਈ ਸੁਣਾਈ ਨਹੀਂ ਹੁੰਦੀ ਬਾਈ। ਕੀ ਕਹਿੰਦੇ ਜਦੋਂ ਗੱਲਬਾਤ ਕਰਦੇ? ਬਸ ਉਹ ਕਹਿੰਦੇ ਸੀ ਹੁਣੇ ਕਰਦੇ ਨੇ, ਠੀਕ ਹੁਣੇ ਕਰਵਾਉਂਦੇ, ਹੁਣ ਕਰਵਾਉਂਦੇ, ਬਸ ਦੇਖੋ ਜੀ ਤਕਰੀਬਨ 10-11 ਵਜ ਚੱਲੇ ਆ, ਤਾਂ ਹਾਲੇ ਤੱਕ ਦੇਖ ਲਓ ਬੱਤੀ ਪਿੰਡ ਦੇ ਵਿੱਚ ਨਹੀਂ ਹੈਗੀ। ਕਿੰਨੇ ਸਮੇਂ ਤੋਂ ਪਿਛਲੇ ਦਿੱਕਤ ਹੈ? ਸਰ ਜੀ ਇਹ ਤਾਂ ਦੋ ਸਾਲ ਤੋਂ ਪ੍ਰੋਗਰਾਮ ਆ ਰਹੇ, ਪਹਿਲੇ ਇੱਥੇ ਜਸਪਾਲ ਆਪਣੇ SDO ਸੀਗੇ, ਉਹਨਾਂ ਨੇ ਥੋੜ੍ਹਾ ਸਹੀ ਕੀਤਾ ਸੀਗਾ, ਹੁਣ ਜਿਹੜੇ SDO ਆਉਂਦਾ ਨਾ ਤਾਂ ਕੋਈ ਸੁਣਾਈ ਕਰਦੇ, ਨਾ ਕੋਈ ਗੱਲ ਕਰਦੇ, ਨਾ ਕੋਈ ਵਾਸਤਾ।
जे हुण जेई नाल गल करदे जेई हुण हुण इत्थे गल करदे जेई ओह इत्थे नूं नहीं आया उस कहिंदा साडे इत्थे आ दफ्तर गल करो जदी हलका वधाया कि जां जिहड़े आम आदमी पार्टी दे हलका इंचार्ज उहनां तक वी पहुंच नहीं सर असीं नहीं कीती उत्थे तक उत्थे तक असीं नहीं गए की लगदा कि भगवंत पर कहिंदे कि सरकार कहिंदे आपां बिजली फ्री देती की फायदा फिर देंदा जां लोकां दे सर देख लो मतलब बिजली फ्री तां ताईं ओह फायदा होगा जे आऊगी जे मीटर ही खड़े तां बिजली फ्री कादी है जी ਭਗਵੰਤ ਮਾਨ ਤਾਂ ਕਹਿੰਦਾ ਕਿ ਇਸ ਵਾਰੀ ਬੱਲਬ ਭਜਾਕਾ ਵੀ ਨਹੀਂ ਮਰੂਗੇ ਬਿਜਲੀ ਕਹਿੰਦੇ ਸਾਡੇ ਤਾਂ ਜਗਿਆ ਨਹੀਂ ਭਜਾਕਾ ਦਾ ਇੱਕ ਪਾਸੇ ਰਹਿ ਗਿਆ ਬੱਲਬ ਤਾਂ ਜਗਿਆ ਹੀ ਨਹੀਂ ਜਾਂ ਜਗੂ ਤਾਂ ਫਿਰੇ ਭਜਾਕਾ ਮਾਰੂ ਕੀ ਕਹਿਣਾ ਚਾਹੁੰਦੇ ਭਗਵੰਤ ਮਾਨ ਨੂੰ ਫਿਰ ਦੇਖੋ ਜੇ ਤਾਂ ਕਹਿੰਦੇ ਵੀ ਮਤਲਬ ਜਿਹੜੇ ਹੁਣ ਦਿੱਕਤਾਂ ਆ ਰਹੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਲੋਕਾਂ ਨੇ ਸਿੱਧੇ ਹੋ ਕੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਉਹਨਾਂ ਵੱਲੋਂ ਬਿਜਲੀ ਮਹਿਕਮੇ ਵਾਲਿਆਂ ਦਾ ਕੁਟਾਪਾ ਹੋ ਗਿਆ ਤਾਂ ਇਸ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਉਹਨਾਂ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਉਣ ਕਾਰਨ ਵੀ ਉਹਨਾਂ ਦੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਕਿਆ ਨਾਮ ਹੈ ਜੀ ਤੁਹਾਡਾ ਮੇਜਰ ਸਿੰਘ ਜੀ ਮੈਂਬਰ ਪੰਚਾਇਤ ਪਿੰਡ ਸਲੇਮਪੁਰ ਤੋਂ ਸਲੇਮਪੁਰ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਤਿੰਨ ਪਿੰਡ ਕਹਿੰਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰਭਾਵ ਪਿਆ ਇਹਨੂੰ ਡੇਢ ਸਾਲ ਹੋ ਗਿਆ ਜੀ ਇਹਨੂੰ ਇੱਥੇ ਕਈ ਅਫਸਰ ਮੌਕੇ ਤੇ ਆਏ ਵੀ ਆ ਠੀਕ ਆ ਜੀ ਕੁਝ ਟਾਈਮ ਹੱਲ ਹੁੰਦਾ ਕੁਝ ਟਾਈਮ ਨਹੀਂ ਹੁੰਦਾ ਇਹ ਸੋਚ ਨੂੰ ਜਿੱਦਾਂ ਕੋਈ ਮੜ ਜਾ ਹਵਾ ਦੀ ਖਰਾਬੀ ਆਉਂਦੀ ਇੱਥੋਂ ਸੋਚ ਨੂੰ ਘੱਟ ਜਾਂਦੇ ਆ ਸਵੇਰ ਨੂੰ ਸੋਚ ਨੂੰ 5 ਵਜੇ ਲਾਉਂਦੇ ਆ ਬੱਤੀ ਚੱਲਦੀ ਹੁੰਦੀ ਆ ਸਾਰੀ ਰਾਤ ਵਾਟਰ ਸਪਲਾਈ ਵਾਲਿਆਂ ਨੂੰ ਪਾਣੀ ਚਲਾਉਣ ਦੀ ਦਿੱਕਤ ਪਿੰਡ 'ਚ ਪਾਣੀ ਨਹੀਂ ਆ ਰਿਹਾ ਠੀਕ ਆ ਜੀ ਜੇ ਹੁਣ ਅਫਸਰਾਂ ਨੂੰ ਫੋਨ ਕਰਦੇ ਆ ਉਹ ਕਹਿੰਦੇ ਇੱਥੇ ਆ ਜਾਓ ਇੱਥੇ ਬੈਠੇ ਬੈਠੇ ਲੈਂਡਮੈਨ ਨਾਲ ਗੱਲ ਕੀਤੀ ਜੇਈ ਨੇ ਤੇ ਆਪਣੇ ਸਤਨਾਮ ਸਿੰਘ ਨੇ ਉਹ ਕਹਿੰਦਾ ਜੀ ਤੁਸੀਂ ਇੱਥੇ ਨਾ ਆ ਜਾ ਕਹਿੰਦਾ ਕੀ ਹੋਇਆ ਕਹਿੰਦਾ ਅਗਲੇ ਕਹਿੰਦੇ ਸੋਚ ਬੇਦਾ ਰੋਜ਼ ਖਰਾਬੀ ਕਹਿੰਦਾ ਤੂੰ ਵੀ ਇੱਥੋਂ ਆ ਜਾ ਹੁਣ ਅਸੀਂ ਕਹਿੰਦੇ ਜੀ ਦਫ਼ਤਰ ਨੂੰ ਆ ਜਾਓ ਇੱਥੇ ਨੂੰ ਕੋਈ ਨਹੀਂ ਆ ਰਿਹਾ ਠੀਕ ਆ ਜੀ ਬਾਹਲੇ ਲੋਕ ਪਰੇਸ਼ਾਨ ਆ ਜੀ ਇਸ ਮਸਲੇ ਤੋਂ ਇਹਨਾਂ ਦੇ ਤੋਂ ਠੀਕ ਆ ਕੱਲ੍ਹ ਨੂੰ ਹੁਣ ਆ ਸੋਚ ਕੱਟਦੇ ਆ ਜੇ ਅਸੀਂ ਆਪ ਸਪਸ਼ਟ ਕਹਿ ਰਹੇ ਹਾਂ ਵੀ ਸਾਡੇ ਇੱਥੇ ਕੋਈ ਸੋਚ ਕੱਟਦਾ ਮਹਿਕਮੇ ਦਾ ਬੰਦਾ ਸਾਨੂੰ ਇੱਥੇ ਮਿਲ ਗਿਆ ਜੋ ਉਹਦੇ ਨਾਲ ਇੱਥੇ ਵਾਰਦਾਤ ਹੋ ਜਾਵੇ ਕੁਛ ਮਿਸ ਹੈਪਨਿੰਗ ਹੋ ਜਾਵੇ ਕੋਈ ਕੁੱਟ ਕਟਾਪਾ ਹੋ ਗਿਆ ਤਾਂ ਜ਼ਿੰਮੇਵਾਰ ਅਗਲਾ ਐਸਜੀ ਦਾ ਖੁਦ ਹੋਊਗਾ ਕਿਉਂ ਇਹਨਾਂ ਤਿੰਨ ਪਿੰਡਾਂ ਦਾ ਮਤਰਾਈ ਮਾਰ ਕੇ ਸਲੂਕ ਕੀਤਾ ਜੀ ਇਹ ਨਹੀਂ ਜੀ ਪਤਾ ਨਹੀਂ ਅਸੀਂ ਤਾਂ ਪਿੱਛੇ ਜ਼ਿਆਦਾ ਸਾਈਡ ਤੇ ਰਹਿੰਦੇ ਆ ਠੀਕ ਆ ਜੀ ਤੇ ਜਾਂ ਕੋਈ ਆਪਣੇ ਨਾਲ ਵੋਟਾਂ ਦਾ ਇਸ਼ੂ ਆ ਇਹਨਾਂ ਦਾ ਠੀਕ ਨਹੀਂ ਵੋਟਾਂ ਹਾਂਜੀ ਜਾਂ ਇਹਨਾਂ ਨੂੰ ਇਹੀ ਰਾਜਨੀਤੀ ਹੋ ਰਹੀ ਆ ਵੋਟਾਂ ਕਰਕੇ ਜੇ ਸਾਨੂੰ ਇਹਨਾਂ ਨੂੰ ਵੋਟਾਂ ਨਹੀਂ ਪਈਆਂ ਜਾਂ ਨਹੀਂ ਪਈਆਂ ਉਮੀਦ ਸੀ ਆਮ ਆਦਮੀ ਪਾਰਟੀ ਹਾਂਜੀ ਨਹੀਂ ਇਹਨਾਂ ਤਿੰਨਾਂ ਪਿੰਡਾਂ 'ਚੋਂ ਨਹੀਂ ਜਿੱਤੇ ਜੀ ਆਮ ਆਦਮੀ ਪਾਰਟੀ ਤਾਂ ਹੀ ਕਰਕੇ ਹਾਂਜੀ ਹਾਂਜੀ ਹਲਕਾ ਵਿਧਾਇਕ ਡਾਕਟਰ ਰਾਜਕੁਮਾਰ ਜਿੱਤਿਆ ਜੀ ਇੱਥੋਂ ਜਿੰਨਾ ਚਿਰ ਹੋ ਰਹੇ ਆ ਵਧੀਆ ਕੰਮ ਰਹੇ ਬੱਤੀ ਦੀ ਸਮੱਸਿਆ ਯਾਨੀ ਕਿ ਚਲੋ ਅਸੀਂ ਇਹ ਨਹੀਂ ਕਹਿੰਦੇ 100% ਨੇ 80% ਸੋਲਵ ਸੀਗੀਆਂ ਹੁਣ ਭਾਅ ਜੀ ਕੋਈ ਸੋਲਵ ਨਹੀਂ ਹੋ ਰਹੀ ਠੀਕ ਨਹੀਂ ਜੇ ਨਾ ਹੁਣ ਸੁਣਵਾਈ ਹੋਈ ਇਦਾਂ ਦੇ ਹਾਲਾਤ ਰਹਿਣਗੇ ਤਾਂ ਫਿਰ ਅਸੀਂ ਦੱਸਿਆ ਵੀ ਜਿਹੜਾ ਇੱਥੇ ਆਪਣਾ ਪ੍ਰਸ਼ਾਸਨ ਹੈ ਇਹਦਾ ਜ਼ਿੰਮੇਵਾਰ ਖੁਦ ਹੋਊਗਾ ਅਸੀਂ ਅੱਕ ਗਏ ਹਾਂ ਜੀ ਹੁਣ ਠੀਕ ਹੈ ਜੀ ਅੱਕਿਆ ਬੰਦਾ ਤੁਹਾਨੂੰ ਪਤਾ ਕੁਛ ਨਾ ਕੁਛ ਕਰਦਾ ਫਿਰ ਸੁਨੀਤਾ ਜੀ ਕਿਹੜਾ ਪਿੰਡ ਹੈ ਜੀ ਜੀ ਫਲਾਈ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਬਿਜਲੀ ਦੀ ਕਹਿੰਦੇ ਬੜੀ ਦਿੱਕਤ ਬਹੁਤ ਔਖਾ ਹੈ ਜੀ ਸਵੇਰ ਨੂੰ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ 7 ਵਜੇ ਬੱਚੇ ਨੂੰ ਆਟੋ ਵੀ ਲੰਘ ਜਾਂਦੇ ਸੁੱਤੇ ਬੱਚਿਆਂ ਨੂੰ ਅਸੀਂ ਠਾਲੀਦਾ ਰਾਤ ਨੂੰ ਬੱਤੀ ਆਉਂਦੀ ਨਹੀਂ ਕੱਲ ਦਿਨੇ ਵੀ ਸਾਰਾ ਦਿਨ ਬੱਤੀ ਨਹੀਂ ਆਈ ਜੀ ਸਾਡੇ ਪਿੰਡ ਘਰਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਬਹੁਤ ਔਖਾ ਜੀ ਪਾਣੀ ਦੀ ਬਹੁਤ ਔਖੀ ਆ ਜੀ ਸਾਰੇ ਸਵੇਰ ਨੂੰ ਬੱਚਿਆਂ ਸਕੂਲ ਜਾਣਾ ਵੀ ਸਵੇਰੇ ਬੋਰਡ ਦੀਆਂ ਕਲਾਸਾਂ ਆ ਬਹੁਤ ਔਖਾ ਆ ਜੀ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਔਖਾ ਜੀ ਸਰਕਾਰ ਕਹਿੰਦੀ ਸੀ ਵੀ ਸਾਨੂੰ 24 ਘੰਟੇ ਬਿਜਲੀ ਦੋਗੇ ਸਾਨੂੰ ਬਹੁਤ ਔਖਾ ਆ ਬਿਜਲੀ ਨਹੀਂ ਸਾਨੂੰ ਪਹੁੰਚਦੀ ਜੀ ਪਤਾ ਨਹੀਂ ਕਿੱਦਾਂ ਸਾਡੀ ਖਰਾਬੀ ਵੀ ਕੋਈ ਕਹਿੰਦੇ ਦੱਸਦੇ ਕੋਈ ਬਿਜਲੀ ਦੀ ਖਰਾਬੀ ਹੈ ਨਹੀਂ ਗੀ ਤਾਂ ਪਤਾ ਨਹੀਂ ਕੀ ਗੱਲ ਹੈ ਜੀ ਸੋਚ ਕਿੱਦਾਂ ਡਿੱਗ ਜਾਂਦਾ ਹੈ ਅਨੀਤਾ ਰਾਣੀ ਕਿਹੜਾ ਪਿੰਡ ਹੈ ਜੀ ਫਲਾਈ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਬਿਜਲੀ ਦੇ ਪਿੰਡ 'ਚ ਬੜੇ ਮਾੜੇ ਹਾਲਾਤ ਨਹੀਂ ਸਰ 15 ਦਿਨ ਹੋ ਗਏ ਆ ਇਹੀ ਹਿਸਾਬ ਹੈ ਬਿਜਲੀ ਕੱਟੀ ਜਾਂਦੀ ਹੈ ਬੱਚੇ ਵੀ ਔਖੇ ਆ ਫਿਰ ਪਾਣੀ ਦੀ ਦਿੱਕਤ ਬਹੁਤ ਹੈ ਟੈਂਕਰ ਮੰਗਾਈ ਦੇ ਆ ਹਾਂਜੀ ਘਰਾਂ ਦੇ ਗੁਜ਼ਾਰੇ ਕਿਸ ਤਰ੍ਹਾਂ ਕਰਦੇ ਹੋ ਘਰਾਂ ਦੇ ਗੁਜ਼ਾਰੇ ਪਾਣੀ ਦੀ ਕਿ ਟੈਂਕਰ ਮੰਗਾ ਕੇ ਕਰੀ ਦਿੰਦੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਕਿਸੇ ਤਕਨੀਕੀ ਕਾਰਨਾਂ ਕਰਕੇ ਉਹਨਾਂ ਦੇ ਵੱਲੋਂ ਬਿਜਲੀ ਬੰਦ ਕੀਤੀ ਜਾਂਦੀ ਹੈ ਤੇ ਜਲਦ ਹੀ ਇਹਨਾਂ ਪਿੰਡਾਂ ਦੀ ਬਿਜਲੀ ਪੂਰੀ ਤਰ੍ਹਾਂ ਨਾਲ ਬਹਾਲ ਕਰ ਦਿੱਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਮੈਂ ਅਮਰਜੀਤ ਸਿੰਘ ਸਾਬਕਾ ਸਰਪੰਚ ਬੜਿਆੜ ਸਾਬਕਾ ਸਰਪੰਚ ਕੀ ਕਹਿਣਾ ਚਾਹੁੰਦੇ ਹੋ ਜੀ ਬਿਜਲੀ ਦੇ ਹਾਲਾਤ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਿਛਲੇ ਸਾਲ ਡੇਢ ਸਾਲ ਤੋਂ ਲਗਾਤਾਰ ਸਾਡੇ ਤਿੰਨ ਪਿੰਡ ਫਲਾਹੀ ਬੜਿਆਲਾ ਅਤੇ ਸਲੇਮਪੁਰ ਇਹ ਤਕਰੀਬਨ ਤਕਾਲਾਂ ਨੂੰ ਰੋਜ਼ਾਨਾ ਹੀ ਜਦੋਂ ਸਵੇਰੇ ਉੱਠਦੇ ਬੱਤੀ ਨਹੀਂ ਹੁੰਦੀ ਰੋਜ਼ਾਨਾ ਬੱਤੀ ਬੰਦ ਰਹਿੰਦੀ ਹੈ ਜੀ ਇੱਥੇ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਬਹੁਤ ਦਿੱਕਤ ਜਦ ਬੱਤੀ ਨਹੀਂ ਹੁੰਦੀ ਤਾਂ ਦਿੱਕਤਾਂ ਹੈ ਸਵੇਰੇ ਬੀਬੀਆਂ ਨੇ ਉੱਠ ਕੇ ਵਸੂ ਚੋਣੇ ਹੁੰਦੇ ਵਿਚਾਰੀਆਂ ਨੇਰੀ ਤੁਰੀਆਂ ਫਿਰਦੀਆਂ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਸੀ ਬਦਲਾਵ ਲਿਆਵਾਂਗੇ ਵਧੀਆ ਕੰਮ ਕਰਾਂਗੇ ਫੇਰ ਉਹ ਵਧੀਆ ਕੰਮ ਤਾਂ ਹੋਊਗਾ ਪਰ ਬੱਤੀ ਆਊਗੀ ਤਾਂ ਹੀ ਵਧੀਆ ਹੋਊਗਾ ਬੱਤੀ ਤਾਂ ਆਏ ਨਹੀਂ ਰਹੀ ਉਹ ਕਹਿੰਦੇ ਬੱਤੀ ਚਮਕਾ ਨਾ ਮਰੂ ਇੱਥੇ ਬੱਤੀ ਆਉਂਦੀ ਨਹੀਂ ਤਾਂ ਚਮਕਾ ਕਿੱਥੋਂ ਪੈ ਕੀ ਕਹਿੰਦਾ ਕਿ ਬਿਜਲੀ ਫ੍ਰੀ ਕਰ ਦਿੱਤੀ ਗਈ ਇਹਦੇ ਨਾਲ ਬਿੱਲ ਲਾ ਦੇਣੇ ਚਾਹੀਦੇ ਆ ਚਾਹੇ ਬਿਜਲੀ ਰੋਜ਼ਾਨਾ ਫ੍ਰੀ ਕੀਤੀ ਆ ਠੀਕ ਹੈ ਵਧੀਆ ਕੀਤਾ ਲੋਕਾਂ ਦੀ ਪਬਲਿਕ ਲਈ ਪਰ ਆਵੇ ਤਾਂ ਸਹੀ ਫ੍ਰੀ ਨੂੰ ਕੀ ਕਰੀਏ ਜਦ ਆਉਣੀ ਨਹੀਂ ਤਾਂ ਫ੍ਰੀ ਕਰੀਏ ਫਿਰ ਤਾਂ ਫ੍ਰੀ ਹੋ ਜਾਣੀ
ਨਮੋਦਿਆ ਕਰਕੇ ਜੀ ਤੇ ਇਹ ਪਿੱਛੋਂ ਏਰੀਆ ਹੈਗਾ ਤਾਜੋਵਾਲ ਚੱਲਦਾ ਹੈਗਾ ਰੇਸ਼ਮ ਸਿੰਘ ਜੇਈਕੋ ਜੀ ਮੋਹਰੇ ਸਤਨਾਮ ਸਿੰਘ ਜੇਈਕੋ ਆ ਇਹ ਦੋ ਜਈਆਂ ਕੋਲ ਹੋਣ ਦੇ ਕਾਰਨ ਜਿਹੜਾ ਆਪਣਾ ਹਿੱਸਾ ਉਹਨੇ ਚਲਾਉਣਾ ਹੁੰਦਾ ਇਹ ਸੁੱਚ ਕੱਟ ਕੇ ਚਲਾ ਜਾਂਦਾ ਆ ਮੋਹਲਾ ਹਿੱਸਾ ਜਿਹੜਾ ਸਤਨਾਮ ਸਿੰਘ ਨੇ ਚਲਾਉਣਾ ਹੁੰਦਾ ਉਹ ਜਦੋਂ ਮੈਸੇਜ ਲੱਗਦਾ ਬੰਦਿਆਂ ਨੂੰ ਉਦੋਂ ਆਉਣਾ ਹੁੰਦਾ ਜੀ ਕਿਉਂਕਿ ਸਾਨੂੰ ਇਹ ਸਵੇਰ ਦਾ ਕੋਈ ਮੈਸੇਜ ਨਹੀਂ ਸੀ ਇਹਦਾ ਵੀ ਇਹ ਕੱਟੇ ਆ ਬੰਦ ਆ ਜਾਂ ਕੀ ਆ ਇਹਦਾ ਸਾਨੂੰ ਆ ਮੁੰਡਿਆਂ ਨੇ ਇਹਨਾਂ ਨੇ ਫੋਨ ਕੀਤਾ ਮੇਜਰ ਭਾਅ ਜੀ ਹੋਣੀ ਆ ਬੱਬੂ ਭਾਅ ਜੀ ਹੋਣੀ ਵੀ ਏਰੀਆ ਬੰਦ ਆ ਵੀ ਚੱਲਿਆ ਨਹੀਂ ਮੈਂ ਕਿਹਾ ਕੋਈ ਨਹੀਂ ਪਿੰਡ ਵਾਲਿਆਂ ਦਾ ਉਹੀ ਦੋਸ਼ ਆ ਕਹਿੰਦੇ ਬਿਨਾਂ ਕਿਸੇ ਤਕਨੀਕੀ ਕਾਰਨ ਤੋਂ ਹੀ ਰੋਜ਼ਾਨਾ ਇਸ ਤਰ੍ਹਾਂ ਕਰਦੇ ਭਾਅ ਜੀ ਜਿੱਦਾਂ ਹੁਣ ਇੱਕ ਉਹ ਚੱਕੀ ਆ ਉਹਦੇ ਥੱਲੇ ਤੂਤ ਹੋਇਓ ਆ ਜੀ ਉਹ ਨਾ ਤਾਂ ਖਪਤ ਕਰੋ ਤੂਤ ਵੱਢਣ ਦਿੰਦਾ ਅਤੇ ਨਾ ਉਹ ਕੋਈ ਕੰਮ ਕਰਨ ਦਿੰਦਾ ਉੱਥੇ ਅਸੀਂ ਅੱਜ ਉਹਦੇ ਜੈਂਪਰ ਪੱਕੇ ਤੌਰ 'ਤੇ ਲਾਏ ਆ ਜਿੱਦਣ ਉਹ ਜੈਂਪ ਤੂਤ ਵੱਢ ਦਊਗਾ ਤਾਂ ਉਹਦੀ ਚੱਕੀ ਚਲਾ ਦੇਵਾਂਗੇ ਇਸੇ ਹਾਂਜੀ ਉਹ ਜਦੋਂ ਤਰੇਲ ਪੈਂਦੀ ਉਹ ਦਰਖਤ ਆਰ ਪਾਰ ਜਿਹੜੇ ਲੰਘੇ ਉਹ ਅਰਥ ਹੋ ਕੇ ਬੰਦ ਕਰ ਦਿੰਦਾ ਮਤਲਬ ਕਿ ਤਕਨੀਕੀ ਕਾਰਨ ਕਰਕੇ ਹੁੰਦੀ ਬੰਦ ਜ਼ਿਆਦਾ ਤੇ ਹੁਣ ਤਾਂ ਨਹੀਂ ਅੱਗੇ ਤੋਂ ਭਵਿੱਖ 'ਚ ਆਈ ਗਈ ਪ੍ਰੋਬਲਮ ਭਾਅ ਜੀ ਦੇਖੋ ਮੈਂ ਕੁਛ ਨਹੀਂ ਕਹਿ ਸਕਦਾ ਇਹ ਹੈਗਾ ਤਕਨੀਕੀ ਕੰਮ ਜਦੋਂ ਮੀਂਹ ਬਾਰਿਸ਼ ਹਨੇਰੀ ਹੋਣੀ ਆ ਉਦੋਂ ਨਹੀਂ ਉਦੋਂ ਤਾਂ ਚਲੋ ਆਉਣਾ ਜਿੱਦਾਂ ਪਿੰਡ ਜਿਹੜਾ ਸੁੱਖ ਪਤੇ 'ਚ ਹੁੰਦਾ ਆ ਨਾ ਇਹ ਮੈਂ ਮੰਨਦਾ ਹਾਂ ਵੀ ਜਿੱਦਾਂ ਉਹਨਾਂ ਸੁੱਚ ਕੱਟਿਆ ਸੀ ਉਹਦਾ ਫਰਜ਼ ਬਣਦਾ ਸੀ ਟਰਾਈ ਲੈਣੀ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਜਤਿੰਦਰ ਕੁਮਾਰ ਲਾਈਨਮੈਨ ਹੋ ਜੀ ਫਿਲਹਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਵੱਲੋਂ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਗਏ ਅਤੇ ਇਨ੍ਹਾਂ ਦੀਆਂ ਕਦੋਂ ਤੱਕ ਮੁਸ਼ਕਲਾਂ ਹੱਲ ਹੁੰਦੀਆਂ ਨੇ ਇਸ ਦੇ ਉੱਤੇ ਲਗਾਤਾਰ ਨਜ਼ਰ ਬਣੀ ਰਹੇਗੀ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਪੰਜਾਬੀ ਲੋਕ ਚੈਨਲ